ਸਤਿ ਸ੍ਰੀ ਅਕਾਲ। ਕਿੱਦਾਂ ਸਾਰੇ ਜੀ? ਵਧੀਆ। ਮੇਰਾ ਨਾਮ ਰਣਜੋਤ ਸਿੰਘ ਹੈ ਔਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਤੇ। ਦੋਸਤੋ, ਥੰਬਨੇਲ ਤਾਂ ਤੁਸੀਂ ਦੇਖ ਹੀ ਲਿਆ ਹੈਗਾ। ਅੱਜ ਮੈਂ ਇਨਫੋਰਮੇਸ਼ਨ ਔਰ ਜਾਣਕਾਰੀ ਸ਼ੇਅਰ ਕਰਾਂਗਾ ਫਿਲੀਪੀਨਸ ਵੀਜ਼ਾ ਬਾਰੇ। ਦੋਸਤੋ ਦੋਸਤੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਇੱਕੋ ਰਿਕੁਐਸਟ ਹੁੰਦੀ ਹੈ, ਜਿਹੜਾ ਬਾਈ ਮੇਰੇ ਚੈਨਲ ਤੇ ਨਵਾਂ ਹੈ, ਪਲੀਜ਼ ਸਬਸਕ੍ਰਾਈਬ ਮਾਈ ਚੈਨਲ, ਕਿਉਂਕਿ ਇਸ ਚੈਨਲ ਦੇ ਉੱਤੇ ਵੀਰ ਜੀ ਤੁਹਾਨੂੰ ਟਰੈਵਲ ਵਲੌਗ ਦੇ ਨਾਲ ਨਾਲ ਟਰੈਵਲ ਟਿਪਸ ਔਰ ਵੀਜ਼ਾ ਇਨਫੋਰਮੇਸ਼ਨ ਔਰ ਈ ਵੀਜ਼ਾ ਕਿਵੇਂ ਫਿਲ ਕੀਤੇ ਜਾਂਦੇ ਨੇ ਦੋਸਤੋ, ਇਹਦੇ ਬਾਰੇ ਮੈਂ ਜਾਣਕਾਰੀ ਸ਼ੇਅਰ ਕਰਦਾ ਰਹਿੰਦਾ। ਸੋ ਪਲੀਜ਼ ਸਬਸਕ੍ਰਾਈਬ ਮਾਈ ਚੈਨਲ। ਥੈਂਕ ਯੂ ਵੀਰ ਜੀ। ਹੁਣ ਸਟਾਰਟ ਕਰਨੇ ਆ ਵੀਡੀਓ। ਹਾਂਜੀ ਪਿਆਰਿਓ, ਵੀਡੀਓ ਸਟਾਰਟ ਕਰਨੇ ਆ ਔਰ ਗੱਲ ਕਰਨੇ ਆ ਫਿਲੀਪੀਨਸ ਬਾਰੇ। ਦੋਸਤੋ, ਫਿਲੀਪੀਨਸ ਇੰਡੀਅਨ ਪਾਸਪੋਰਟ ਹੋਲਡਰ ਨੂੰ ਦੋ ਤਰੀਕੇ ਨਾਲ ਵੀਜ਼ੇ ਦਿੰਦਾ ਹੈਗਾ, ਵੀਜ਼ਾ ਔਨ ਅਰਾਈਵਲ ਔਰ ਸਟਿਕਰ ਵੀਜ਼ਾ। ਸੋ ਦੋਸਤੋ, ਅਗਰ ਤੁਸੀਂ ਫਿਲੀਪੀਨਸ ਜਾਣ ਦਾ ਪਲਾਨ ਕਰ ਰਹੇ ਹੋ ਤੇ ਤੁਸੀਂ ਦੋਨੋਂ ਤਰੀਕੇ ਨਾਲ ਫਿਲੀਪੀਨਸ ਐਂਟਰ ਕਰ ਸਕਦੇ ਹੋ, ਵੀਜ਼ਾ ਔਨ ਅਰਾਈਵਲ ਲੈ ਕੇ ਵੀ ਔਰ ਸਟਿਕਰ ਵੀਜ਼ਾ ਲੈ ਕੇ ਵੀ। ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਦੋਸਤੋ ਵੀਜ਼ਾ ਔਨ ਅਰਾਈਵਲ ਦੀ। ਵੀਜ਼ਾ ਔਨ ਅਰਾਈਵਲ ਅਗਰ ਫਿਲੀਪੀਨਸ ਜਿਹੜਾ ਤੁਹਾਨੂੰ ਦਿੰਦਾ ਹੈਗਾ, ਉਹ ਕੁਝ ਕੰਡੀਸ਼ਨ ਹੈਗੀਆਂ ਨੇ, ਕੁਝ ਕੀ ਇੱਕੋ ਹੀ ਵੱਡੀ ਕੰਡੀਸ਼ਨ ਹੈ ਕਿ ਤੁਹਾਡੇ ਕੋਲ ਕੋਈ ਵੱਡਾ ਵੀਜ਼ਾ ਵੈਲਿਡ ਹੋਣਾ ਚਾਹੀਦਾ ਹੈ ਅਗਰ ਤੁਸੀਂ ਫਿਲੀਪੀਨਸ ਵੀਜ਼ਾ ਔਨ ਅਰਾਈਵਲ ਲੈਣਾ। ਉਹ ਕਿਹੜੀ ਕੰਟਰੀਆਂ ਨੇ ਦੋਸਤੋ? ਸਭ ਤੋਂ ਪਹਿਲਾਂ USA, ਜਾਪਾਨ, ਆਸਟ੍ਰੇਲੀਆ, ਕੈਨੇਡਾ, UK, ਸ਼ੈਨੇਗਨ, ਸਿੰਗਾਪੁਰ। ਅਗਰ ਤੁਹਾਡੇ ਕੋਲ ਇਹਨਾਂ ਕੰਟਰੀਆਂ ਦਾ ਮਲਟੀਪਲ ਐਂਟਰੀ ਟੂਰਿਸਟ ਵੀਜ਼ਾ ਹੈ ਔਰ ਅਗਰ ਰੈਜ਼ੀਡੈਂਸੀ ਹੈ ਤੇ ਫਿਲੀਪੀਨਸ ਤੁਹਾਨੂੰ ਵੈਲਕਮ ਕਰਦਾ ਹੈ ਵੀਜ਼ਾ ਔਨ ਅਰਾਈਵਲ ਵਾਸਤੇ, ਜੋ ਕਿ ਫ੍ਰੀ ਹੈਗਾ ਦੋਸਤੋ, ਠੀਕ ਹੈ ਜੀ। ਅਗਰ ਤੁਸੀਂ ਵੀਜ਼ਾ ਔਨ ਅਰਾਈਵਲ ਲੈਂਦੇ ਹੋ ਤੇ ਥੋੜ੍ਹਾ ਜਿਹਾ ਸਟਿਕ ਹੋ ਜਾਂਦਾ, ਈਜ਼ੀ ਤਾਂ ਨਹੀਂ ਹੈ, ਬਟ ਹਾਂ ਕਾਫੀ ਲੋਕ ਡਿਪੋਰਟ ਵੀ ਹੁੰਦੇ ਨੇ ਉੱਥੋਂ, ਕਿਉਂਕਿ ਉਹ ਲੋਕ ਪ੍ਰੋਪਰ ਜਿਹੜੇ ਡਾਕੂਮੈਂਟ ਲੈ ਕੇ ਨਹੀਂ ਜਾਂਦੇ ਵੀਜ਼ਾ ਔਨ ਅਰਾਈਵਲ ਦੇ ਵਿੱਚ। ਵੀਜ਼ਾ ਔਨ ਅਰਾਈਵਲ ਦੇ ਵਿੱਚ ਮੈਂ ਤੁਹਾਨੂੰ ਥੋੜ੍ਹੇ ਜਿਹੇ ਡਾਕੂਮੈਂਟ ਦੱਸ ਦਿੰਦਾ ਹੈਗਾ। ਸਭ ਤੋਂ ਪਹਿਲੇ ਰਿਟਰਨ ਟਿਕਟਸ, ਹੈਲਥ ਇੰਸ਼ੋਰੈਂਸ, ਹੋਟਲ ਬੁਕਿੰਗਸ, ਟਰੈਵਲ ਆਈਟਨਰੀ, ਸਫੀਸ਼ੀਐਂਟ ਫੰਡ, ਠੀਕ ਹੈ ਜੀ। ਇਹਨਾਂ ਸਾਰੇ ਡਾਕੂਮੈਂਟਸ ਜਿਹੜੇ ਨੇ, ਜਿਹੜੇ ਤੁਸੀਂ ਡਾਕੂਮੈਂਟਸ ਨੇ ਸਟਿਕਰ ਵੀਜ਼ੇ ਵਾਸਤੇ ਲਗਾਉਂਦੇ ਹੋ, ਮੇਰੇ ਹਿਸਾਬ ਨਾਲ ਤੁਸੀਂ ਸਾਰੇ ਡਾਕੂਮੈਂਟਸ ਆਪਣੇ ਹਾਰਡ ਕਾਪੀ ਦੋ ਦੋ ਕਾਪੀਆਂ ਕਰਕੇ ਨਾਲ ਰੱਖੋ, ਤੁਹਾਨੂੰ ਵੀਜ਼ਾ ਔਨ ਅਰਾਈਵਲ ਜ਼ਰੂਰ ਮਿਲੇਗਾ ਦੋਸਤੋ। ਸੋ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਸਟਿਕਰ ਵੀਜ਼ਾ ਬਾਰੇ। ਦੋਸਤੋ, ਅਗਰ ਤੁਸੀਂ ਸਟਿਕਰ ਵੀਜ਼ਾ ਜਿਹੜਾ ਹੈ ਉਹ ਅਪਲਾਈ ਕਰਨਾ ਹੈ ਫਿਲੀਪੀਨਸ ਅੰਬੈਸੀ ਦੇ ਵਿੱਚ, ਮੈਂ ਦਿੱਲੀ ਤੋਂ, ਅਗਰ ਮੈਂ ਦਿੱਲੀ ਅਪਲਾਈ ਕਰਨਾ ਹੈਗਾ, ਸਭ ਤੋਂ ਪਹਿਲਾਂ ਤੁਹਾਨੂੰ ਦੋਸਤੋ ਉੱਥੇ ਇੱਕ ਮੇਲ ਕਰਨੀ ਪੈਂਦੀ ਹੈ। ਮੈਂ ਮੇਲ ਆਈਡੀ ਜਿਹੜੀ ਹੈਗੀ ਹੈ ਥੱਲੇ ਪਾ ਦਿੱਤੀ ਹੈਗੀ ਹੈ, ਇਸ ਦੇ ਉੱਤੇ ਤੁਸੀਂ ਪਹਿਲਾਂ ਉਹਨੂੰ ਮੇਲ ਕਰਨਾ ਹੈਗਾ ਔਰ ਉਹਦੇ ਕੋਲੋਂ ਅਪਾਇੰਟਮੈਂਟ ਲੈਣੀ ਹੈ ਕਿ ਜੀ ਮੈਂ ਫਿਲੀਪੀਨਸ ਟਰੈਵਲ ਕਰਨਾ ਚਾਹੁੰਦਾ ਹੈ ਟੂਰਿਸਟ ਵੀਜ਼ਾ ਦੇ ਬਿਹਾਫ 'ਤੇ, ਤਾਂ ਪਲੀਜ਼ ਤੁਸੀਂ ਮੈਨੂੰ ਅਪਾਇੰਟਮੈਂਟ ਦੇ ਦਿਓ, ਠੀਕ ਹੈ ਜੀ। ਤੁਹਾਨੂੰ ਮੇਲ ਆਏਗਾ, ਤੁਹਾਨੂੰ ਪੁੱਛਣਗੇ ਵੀ ਤੁਹਾਡੇ ਕੋਲ ਜਿਹੜੇ ਪੇਪਰ ਹੈਗੇ ਨੇ ਤੁਸੀਂ ਉਹ ਅਪਲੋਡ ਕਰੋ। ਹੁਣ ਉਹ ਕਿਹੜੇ ਪੇਪਰ ਨੇ ਮੈਂ ਤੁਹਾਨੂੰ ਉਹ ਦੱਸ ਦੇਣਾ ਹੈ। ਸਭ ਤੋਂ ਪਹਿਲਾਂ ਦੋਸਤੋ ਤੁਹਾਡਾ ਪਾਸਪੋਰਟ, ਜੋ ਓਬਵੀਅਸਲੀ 6 ਮਹੀਨੇ ਤੱਕ ਵੈਲਿਡ ਹੁੰਦਾ, ਹਰ ਕੰਟਰੀ ਇਹੀ ਕਹਿੰਦੀ ਹੈ ਕਿ 6 ਮਹੀਨੇ ਤੱਕ ਤੁਹਾਡਾ ਵੈਲਿਡ ਹੋਣਾ ਚਾਹੀਦਾ ਪਾਸਪੋਰਟ। ਤੁਹਾਡੀਆਂ 2 ਫੋਟੋਆਂ ਜਿਹੜੀਆਂ 2x2 ਦੀਆਂ ਹੋਣਗੀਆਂ, ਠੀਕ ਹੈ ਜੀ। ਤੀਸਰਾ ਤੁਹਾਡਾ ਹੋਟਲ ਬੁਕਿੰਗਸ, ਹੋਟਲ ਬੁਕਿੰਗ ਪੇ ਆਫ ਪ੍ਰੋਪਰਟੀ ਤੋਂ ਆਪਾਂ ਜਿਹੜਾ ਕਨਫਰਮ ਹੋਟਲ ਬੁਕਿੰਗ ਕਰਾ ਕੇ ਲਗਾ ਸਕਦੇ ਹਾਂ। ਚੌਥਾ ਟਰੈਵਲ ਇੰਸ਼ੋਰੈਂਸ, $35,000 ਦਾ ਟਰੈਵਲ ਇੰਸ਼ੋਰੈਂਸ ਤੁਸੀਂ ਲੈਣਾ ਹੈਗਾ ਔਰ ਕਿਸੇ ਵੀ ਸਾਈਟ ਤੋਂ ਤੁਸੀਂ 6 ਤੋਂ ਲੈ ਕੇ 1,000 ਰੁਪਏ ਤੱਕ, 500 ਤੋਂ ਲੈ ਕੇ 1,000 ਰੁਪਏ ਤੱਕ ਟਰੈਵਲ ਇੰਸ਼ੋਰੈਂਸ ਲੈ ਸਕਦੇ ਹੋ ਦੋਸਤੋ। ਟਰੈਵਲ ਇੰਸ਼ੋਰੈਂਸ ਤੋਂ ਬਾਅਦ ਤੁਹਾਡਾ ਆਈਟਨਰੀ ਹੋਣੀ ਚਾਹੀਦੀ ਹੈ, ਤੁਹਾਡੇ ਕੋਲ ਕਵਰਿੰਗ ਲੈਟਰ ਹੋਣਾ ਚਾਹੀਦਾ ਹੈ। ਅਗਰ ਤੁਸੀਂ ਜੋਬ ਕਰਦੇ ਹੋ ਤਾਂ ਤੁਹਾਡੀ ਜੋਬ ਦੀ NOC, ਸੈਲਰੀ ਸਰਟੀਫਿਕੇਟ 3 ਮਹੀਨੇ ਦਾ, ਔਰ ਅਗਰ ਤੁਸੀਂ ਬਿਜ਼ਨਸ ਕਰਦੇ ਹੋ ਤੇ ਦੋਸਤੋ ਤੁਹਾਡਾ GST ਜਾਂ ਤੁਹਾਡਾ ਬਿਜ਼ਨਸ ਪਰੂਫ, ਜਿਹੜਾ ਤੁਹਾਡਾ ਕਵਰ ਲੈਟਰ ਬਣੇਗਾ, ਉਹ ਤੁਹਾਡੇ ਲੈਟਰ ਐਡ ਦੇ ਉੱਤੇ ਦੋਸਤੋ ਬਣੇਗਾ। ਦੋਸਤੋ, 3 ਮਹੀਨੇ ਦਾ ਬੈਂਕ ਸਟੇਟਮੈਂਟ, ਅਗਰ ਤੁਹਾਡੇ ਕੋਲ ਕਰੰਟ ਹੈ ਤਾਂ ਕਰੰਟ ਦਾ ਵੀ ਲਗਾਓ ਔਰ ਅਗਰ ਸੇਵਿੰਗ ਹੈ ਸੇਵਿੰਗ ਦਾ, ਦੋਨੋਂ ਤੁਸੀਂ ਲਗਾ ਸਕਦੇ ਹੋ। ਹੁਣ ਬੈਂਕ ਸਟੇਟਮੈਂਟ ਦੇ ਵਿੱਚ ਬੈਂਕ ਬੈਲੈਂਸ ਕਿੰਨਾ ਹੋਣਾ ਚਾਹੀਦਾ ਦੋਸਤੋ? ਮੇਰੇ ਹਿਸਾਬ ਨਾਲ 3.5 ਲੱਖ ਰੁਪਇਆ, 3-3.5 ਲੱਖ ਰੁਪਇਆ ਸਫੀਸ਼ੀਐਂਟ ਹੈਗਾ ਤੁਹਾਡੇ ਟਰੈਵਲ ਕਰਨ ਵਾਸਤੇ, ਠੀਕ ਹੈ ਜੀ। ਬੈਂਕ ਸਟੇਟਮੈਂਟ ਤੋਂ ਬਾਅਦ ਤੁਹਾਡੀ ਆ ਜਾਂਦੀ ITR, 3 ਸਾਲ ਦੀ ITR ਲਗਾਉਣੀ ਹੈ ਦੋਸਤੋ, ਠੀਕ ਹੈ ਜੀ। ਹੁਣ ਹੈਗਾ ਜੀ ਇੱਕ ਜਿਹੜਾ ਹੈਗਾ, ਉਹਨਾਂ ਨੇ ਵੈਕਸੀਨੇਸ਼ਨ ਸਰਟੀਫਿਕੇਟ ਵੀ ਮੰਗਦੇ ਨੇ ਔਰ ਇੱਕ ਜਿਹੜਾ ਹੈਗਾ ਹੈਲਥ ਡਿਕਲੇਰੇਸ਼ਨ ਫਾਰਮ ਹੈਗਾ, ਜਿਹਨੂੰ 1 ਹੈਲਥ ਪਾਸ ਕਹੀਦਾ ਦੋਸਤੋ, 1 ਹੈਲਥ ਪਾਸ ਵੀ ਲਗਾਉਣਾ ਹੈ ਦੋਸਤੋ। ਉਹ ਇੱਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦੇ ਦਾਂਗਾ। ਉਹਦੇ ਵਾਸਤੇ ਤੁਹਾਨੂੰ ਆਪਣਾ RCPCR ਟੈਸਟ ਜਿਹੜਾ ਹੈਗਾ ਉਹ ਚਾਹੀਦਾ ਹੁੰਦਾ ਹੈ। RCPCR ਟੈਸਟ ਡਾਊਨਲੋਡ ਕਰੋਗੇ, ਛੋਟਾ ਜਿਹਾ ਫਾਰਮ ਹੈ ਉਹ ਭਰੋਗੇ ਤੇ ਤੁਹਾਨੂੰ ਈਜ਼ੀਲੀ ਜਿਹੜਾ ਹੈਗਾ 1 ਹੈਲਥ ਪਾਸ ਵੀ ਮਿਲ ਜਾਂਦਾ ਹੈ। ਇਹ ਸਾਰੇ ਡਾਕੂਮੈਂਟਸ ਤੁਸੀਂ ਜਿਹੜਾ ਹੈਗਾ ਸਰ ਕਲੈਕਟ ਕਰਨੇ ਨੇ
और ਉਹਨਾਂ ਦਾ ਇੱਕ PDF ਬਣਾ ਕੇ ਤੁਸੀਂ ਅੰਬੈਸੀ ਨੂੰ ਮੇਲ ਕਰਨਾ ਹੈਗਾ। ਜਦੋਂ ਤੁਸੀਂ ਅੰਬੈਸੀ ਨੂੰ ਇੱਕ ਸਾਰੇ ਡਾਕੂਮੈਂਟਸ ਮੇਲ ਕਰ ਦੋਗੇ, ਅਗਰ ਤਾਂ ਤੁਹਾਨੂੰ ਦੋਸਤੋ ਉਹਨਾਂ ਨੇ ਫੀਸ ਬਾਰੇ ਕਹਿਤਾ, ਫੀਸ ਇਹਦੀ ਹੈਗੀ 3160 ਰੁਪਏ ਜਿਹਦਾ DD ਬਣੇਗਾ, ਔਰ ਉਹ DD ਵੀ ਤੁਸੀਂ ਸਕੈਨ ਕਰਕੇ ਅੰਬੈਸੀ ਨੂੰ ਭੇਜਣਾ ਹੈਗਾ। ਦੋਸਤੋ ਪਹਿਲਾਂ ਤੁਹਾਨੂੰ ਇੱਕ ਮੇਲ ਆਏਗੀ ਕਿ ਬਈ ਤੁਸੀਂ ਹੁਣ ਜਿਹੜਾ ਪੇਮੈਂਟ ਵਾਸਤੇ ਇੱਕ DD ਬਣਾ ਲਓ ਅਤੇ DD ਬਣਾ ਕੇ ਸਾਨੂੰ ਸੈਂਡ ਕਰ ਦਿਓ। DD ਬਣਾ ਕੇ ਜਦ ਤੁਸੀਂ ਸੈਂਡ ਕੀਤਾ, ਇਹ ਸਾਰੇ ਡਾਕੂਮੈਂਟ ਤੁਸੀਂ ਦੋਸਤੋ ਇਕੱਠੇ ਕਰਨੇ ਨੇ, ਇਹਨਾਂ ਦੀ ਹਾਰਡ ਕਾਪੀ ਲੈਣੀ ਹੈਗੀ ਹੈ, ਔਰ ਤੁਸੀਂ ਜਿਹੜਾ ਹੈਗਾ ਅੰਬੈਸੀ ਨੂੰ ਅਪਰੋਚ ਕਰਨਾ ਹੈਗਾ। ਇਸ ਦੇ ਵਿੱਚ ਮੈਂ ਤੁਹਾਨੂੰ ਇੱਕ ਜਿਹੜਾ ਡਾਕੂਮੈਂਟ ਹੈਗਾ ਬਹੁਤ ਹੀ ਜ਼ਰੂਰੀ ਹੈਗਾ, ਉਹ ਮੈਂ ਭੁੱਲ ਗਿਆ ਸੀਗਾ, ਉਹ ਹੈਗਾ ਤੁਹਾਡਾ ਦੋਸਤੋ ਕ੍ਰੈਡਿਟ ਕਾਰਡ। ਕ੍ਰੈਡਿਟ ਕਾਰਡ ਅਗਰ ਤੁਹਾਡੇ ਕੋਲ ਹੈਗਾ ਤਾਂ ਬਹੁਤ ਹੀ ਜ਼ਿਆਦਾ ਤੁਹਾਡਾ ਹੈਲਪਫੁੱਲ ਹੈਗਾ, ਅਦਰਵਾਈਜ਼ ਤੁਸੀਂ ਕਿਸੇ ਵੀ ਦੁਕਾਨ ਤੋਂ ਮਨੀ ਐਕਸਚੇਂਜ ਤੋਂ ਜਾ ਕੇ ਦੋਸਤੋ ਮਨੀ ਐਕਸਚੇਂਜਰ ਤੋਂ ਜਾ ਕੇ ਮਨੀ ਐਕਸਚੇਂਜ ਕਰਾ ਕੇ ਉਹਦੀ ਸਲਿੱਪ ਲੈਣੀ ਹੈਗੀ ਹੈ ਦੋਸਤੋ, ਠੀਕ ਹੈ ਜੀ। ਉਹ ਜ਼ਰੂਰੀ ਹੈਗਾ, ਕਰੀਬਨ $500 ਦੀ ਤਾਂ ਤੁਹਾਡੇ ਕੋਲ ਸ਼ਿਫਟ ਹੋਣੀ ਚਾਹੀਦੀ ਹੈ। ਇਹ ਦੋ ਆਪਸ਼ਨ ਹੈਗੇ ਨੇ, ਤੁਸੀਂ ਜਾਂ ਤਾਂ ਮਨੀ ਐਕਸਚੇਂਜ ਲਗਾ ਦਿਉ ਜਾਂ ਫਿਰ ਤੁਹਾਡਾ ਆਪਣਾ ਕ੍ਰੈਡਿਟ ਕਾਰਡ ਲਗਾ ਦਿਉ। ਕ੍ਰੈਡਿਟ ਕਾਰਡ ਜਿਹੜਾ ਸਟੇਟਮੈਂਟ ਆਉਂਦੀ ਹੈ ਤੁਹਾਨੂੰ, ਜਿਹੜਾ ਬਿਲਿੰਗ ਆਉਂਦੀ ਹੈਗੀ ਹੈ, ਉਹ ਜ਼ਰੂਰ ਨਾਲ ਲਗਾਇਓ ਦੋਸਤੋ। ਦੋਨਾਂ ਵਿੱਚੋਂ ਅਗਰ ਇੱਕ ਚੀਜ਼ ਹੈਗੀ ਹੈ ਤਾਂ ਇੱਕ ਚੀਜ਼ ਲਗਾਓ, ਅਗਰ ਦੋਨੋਂ ਹੈਗੀ ਹੈ ਤਾਂ ਮੈਂ ਤੁਹਾਨੂੰ ਕਹਾਂਗਾ ਤੁਸੀਂ ਦੋਨੋਂ ਚੀਜ਼ਾਂ ਲਗਾ ਸਕਦੇ ਹੋ ਦੋਸਤੋ। ਸੋ ਜੀ, ਇਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਅਪਰੋਚ ਕਰੋਗੇ, ਇਹ ਸਾਰੇ ਡਾਕੂਮੈਂਟ ਜਿਹੜੇ ਨੇ ਬਾਏ ਹੈਂਡ ਲੈ ਕੇ ਵੀ ਜਾਓਗੇ ਤੁਸੀਂ ਘਰ ਤਾਂ 99.9% ਅਗਰ ਉਹਨਾਂ ਨੇ ਤੁਹਾਨੂੰ ਬੁਲਾ ਲਿਆ ਤਾਂ ਵੀਜ਼ਾ ਮਿਲੇਗਾ ਦੋਸਤੋ। ਫਿਰ ਤੁਸੀਂ ਉਹ ਡਾਕੂਮੈਂਟ ਸਬਮਿਟ ਕਰਾ ਦਿਓਗੇ, ਸਬਮਿਟ ਕਰਾਉਣ ਤੋਂ ਬਾਅਦ ਦੋਸਤੋ ਉਹ ਤੁਹਾਨੂੰ 1 ਹਫ਼ਤੇ ਦਾ ਟਾਈਮ ਦੇਣਗੇ ਕਿ ਬਈ 1 ਹਫ਼ਤੇ ਬਾਅਦ ਤੁਸੀਂ ਆਪਣਾ ਜਿਹੜਾ ਹੈਗਾ ਪਾਸਪੋਰਟ ਆ ਕੇ ਲੈ ਜਾਣਾ, ਔਰ 1 ਹਫ਼ਤੇ ਬਾਅਦ ਤੁਹਾਨੂੰ ਜਦ ਤੁਸੀਂ ਇਹ ਸਾਰੀ ਚੀਜ਼ਾਂ ਕਰ ਲੈਂਦੇ ਹੋ ਤਾਂ 99.9% ਤੁਹਾਨੂੰ ਜਿਹੜਾ ਹੈਗਾ ਦੋਸਤੋ ਇਹ ਸਟਿੱਕਰ ਵੀਜ਼ਾ ਮਿਲ ਜਾਂਦਾ ਹੈਗਾ ਦੋਸਤੋ। ਸੋ ਇਹ ਡਾਕੂਮੈਂਟ ਸੀਗੇ, ਇਹਦਾ ਤਰੀਕਾ ਸੀਗਾ ਕਿ ਬਈ ਤੁਸੀਂ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹੋ ਵੀਜ਼ਾ ਉਹਨਾਂ ਰਾਈਪਰ ਲੈ ਗਿਆ ਤਾਂ ਤੁਸੀਂ ਕਿਸ ਤਰ੍ਹਾਂ ਲੈ ਸਕਦੇ ਹੋ ਦੋਸਤੋ। ਸੋ ਮੈਂ ਤੁਹਾਨੂੰ ਥੋੜ੍ਹਾ ਜਿਹਾ ਇਹ ਤਰੀਕਾ ਦੱਸਿਆ ਹੈਗਾ, ਅਗਰ ਤੁਸੀਂ ਫਿਲੀਪੀਨ ਜਾਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਇਸ ਤਰੀਕੇ ਨਾਲ ਵੀਜ਼ਾ ਅਪਲਾਈ ਕਰੋ, ਤੁਹਾਨੂੰ 99.9% ਵੀਜ਼ਾ ਜ਼ਰੂਰ ਮਿਲੇਗਾ। ਹੋਪ ਦਿੱਤੀ ਹੋਈ ਇਨਫੋਰਮੇਸ਼ਨ ਜਿਹੜੀ ਹੈ ਤੁਹਾਨੂੰ ਚੰਗੀ ਲੱਗੀ ਹੋਏਗੀ ਦੋਸਤੋ। ਸੋ ਪਲੀਜ਼ ਸਬਸਕ੍ਰਾਈਬ ਮਾਈ ਚੈਨਲ, ਇਸ ਤਰ੍ਹਾਂ ਦੀਆਂ ਵੀਡੀਓ ਮੈਂ ਬਣਾਉਂਦਾ ਰਹਿੰਦਾ, ਇਨਫੋਰਮੇਸ਼ਨ ਸ਼ੇਅਰ ਕਰਦਾ ਰਹਿੰਦਾ ਦੋਸਤੋ। ਹੋਪ ਤੁਹਾਨੂੰ ਵੀਡੀਓ ਚੰਗਾ ਲੱਗਾ ਹੈ, ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਮਾਈ ਚੈਨਲ, ਲਾਈਕ ਸ਼ੇਅਰ ਔਰ ਕਮੈਂਟ ਕਰ ਦਿਆ ਕਰੋ ਦੋਸਤੋ, ਠੀਕ ਹੈ ਜੀ। ਅੱਗੇ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ, ਸਤਿ ਸ਼੍ਰੀ ਅਕਾਲ, ਰੱਬ ਰਾਖਾ, ਸ਼ਬਾ ਖੈਰ।